ਦਾਨਾ ਪ੍ਰਭਜੋਤ ਜੱਸਾ ਪ੍ਰਭਜੋਤ ਕੌਰ ਤੇ ਪੇਸ਼ ਕੀਤਾ ਜੀ ਤੇ 2 ਦਿਨ ਦਾ ਰਿਮਾਂਡ ਮਿਲਿਆ ਸਰ ਕਿੰਨੀ ਰੋਇਨ ਫੜੀ ਗਈ ਸੀ ਜਿਹੜਾ ਗੁਰਜੀਤ ਸਿੰਘ ਸੀ ਉਹ ਕੋ 100 ਗ੍ਰਾਮ ਹੀਰੋ ਫੜ ਗਈ ਨਾਲ 3 ਲੱਖ ਰੁਪਈਆ ਡਰਗ ਮਨੀ ਅੱਛਾ ਸਰ ਕੀ ਹੋਰ ਹੋਰ ਵੀ ਕੀ ਖਲਾਸੇ ਹੋ ਸਕਦੇ ਨੇ ਨਹੀਂ ਉਹ ਆਉਣ ਵਾਲੇ ਪੁਸ਼ਕਿਸ਼ ਤੇ ਦੋਈ ਸੀ ਉਹ ਸਰ ਕੋਈ ਇੰਟਰਨਲ ਲਿੰਕ ਹੈਗਾ ਇਹਨਾਂ ਦਾ ਉਹ ਆਉਣ ਵਾਲੀ ਪੁਸ਼ਕਿਸ਼ 'ਚ ਪਤਾ ਲੱਗੂਗਾ ਜੀ ਇਹਦੀ ਠੀਕ ਹੈ ਜੀ ਦਾਨਾ ਪ੍ਰਭਜੋਤ ਜੱਸਾ ਪ੍ਰਭਜੋਤ ਕੌਰ ਤੇ ਪੇਸ਼ ਕੀਤਾ ਜੀ ਤੇ 2 ਦਿਨ ਦਾ ਰਿਮਾਂਡ ਮਿਲਿਆ ਸਰ ਕਿੰਨੀ ਰੋਇਨ ਫੜੀ ਗਈ ਸੀ ਜਿਹੜਾ ਗੁਰਜੀਤ ਸਿੰਘ ਸੀ ਉਹ ਕੋ 100 ਗ੍ਰਾਮ ਹੀਰੋ ਫੜ ਗਈ ਨਾਲ 3 ਲੱਖ ਰੁਪਈਆ ਡਰਗ ਮਨੀ ਅੱਛਾ ਸਰ ਕੀ ਹੋਰ ਹੋਰ ਵੀ ਕੀ ਖਲਾਸੇ ਹੋ ਸਕਦੇ ਨੇ ਨਹੀਂ ਉਹ ਆਉਣ ਵਾਲੇ ਪੁਸ਼ਕਿਸ਼ 'ਚ ਦੋਈ ਸੀ ਉਹ ਸਰ ਕੋਈ ਇੰਟਰਨਲ ਲਿੰਕ ਹੈਗਾ ਇਹਨਾਂ ਦਾ ਉਹ ਆਉਣ ਵਾਲੀ ਪੁਸ਼ਕਿਸ਼ 'ਚ ਪਤਾ ਲੱਗੂਗਾ ਜੀ ਇਹਦੀ ਠੀਕ ਹੈ ਜੀ ਦਾਨਾ ਪ੍ਰਭਜੋਤ ਜੱਸਾ ਪ੍ਰਭਜੋਤ ਕੌਰ ਤੇ ਪੇਸ਼ ਕੀਤਾ ਜੀ ਤੇ 2 ਦਿਨ ਦਾ ਰਿਮਾਂਡ ਮਿਲਿਆ ਸਰ ਕਿੰਨੀ ਰੋਇਨ ਫੜੀ ਗਈ ਸੀ ਜਿਹੜਾ ਗੁਰਜੀਤ ਸਿੰਘ ਸੀ ਉਹ ਕੋ 100 ਗ੍ਰਾਮ ਹੀਰੋ ਫੜ ਗਈ ਨਾਲ 3 ਲੱਖ ਰੁਪਈਆ ਡਰਗ ਮਨੀ ਅੱਛਾ ਸਰ ਕੀ ਹੋਰ ਹੋਰ ਵੀ ਕੀ ਖਲਾਸੇ ਹੋ ਸਕਦੇ ਨੇ ਨਹੀਂ ਉਹ ਆਉਣ ਵਾਲੇ ਪੁਸ਼ਕਿਸ਼ 'ਚ ਦੋਈ ਸੀ ਉਹ ਸਰ ਕੋਈ ਇੰਟਰਨਲ ਲਿੰਕ ਹੈਗਾ ਇਹਨਾਂ ਦਾ ਉਹ ਆਉਣ ਵਾਲੀ ਪੁਸ਼ਕਿਸ਼ 'ਚ ਪਤਾ ਲੱਗੂਗਾ ਜੀ ਇਹਦੀ ਠੀਕ ਹੈ ਜੀ